ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬੜੀ ਇੰਪੋਰਟੈਂਟ ਜਾਣਕਾਰੀ ਆਪਾਂ ਹਾਸਲ ਕਰਾਂਗੇ ਆ ਮੇਰੇ ਹੱਥ ਵਿੱਚ ਇੱਕ ਫਰਦ ਹੈ ਜਿਹਦੇ ਤੇ ਸਾਡੀਆਂ ਖੇਤੀਬਾੜੀ ਜ਼ਮੀਨਾਂ ਦਾ ਸਾਰਾ ਰਿਕਾਰਡ ਹੁੰਦਾ ਹੈ ਤੇ ਇਸ ਫਰਦ ਨੂੰ ਕਿਵੇਂ ਪੜੀਦਾ ਆਪਣੇ ਹਿੱਸੇ ਕਿਵੇਂ ਕੱਢੀਦੇ ਨੇ ਇਸ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸੂਗਾ ਔਰ ਤੁਹਾਨੂੰ ਪਟਵਾਰੀ ਕੋਲ ਵੀ ਜਾਣ ਦੀ ਲੋੜ ਨਹੀਂ ਹੈ ਤੁਸੀਂ ਈਜ਼ੀਲੀ ਫਰਦ ਨੈਟ ਤੋਂ ਮੋਬਾਈਲ ਦੇ ਰਾਹੀਂ ਜਾਂ ਲੈਪਟਾਪ ਦੇ ਜ਼ਰੀਏ ਡਾਊਨਲੋਡ ਕਰਕੇ ਤੇ ਆਪਣੇ ਹਿੱਸੇ ਨੇ ਜਿਹੜੇ ਉਹ ਪਤਾ ਕਰ ਸਕਦੇ ਹੋ ਕਿਉਂਕਿ ਅਗਰ ਤੁਸੀਂ ਆਪਣੇ ਨਾਂ ਦੀ ਫਰਦ ਕਢਾਉਂਦੇ ਹੋ ਨਾ ਤਾਂ ਇਕੱਲੇ ਤੁਹਾਡੇ ਨਾਂ ਦੀ ਨਹੀਂ ਹੁੰਦੀ ਉਹ ਖੇਵੜ ਜਿਨ੍ਹਾਂ ਦੀ ਸਾਂਝੀ ਹੁੰਦੀ ਹੈ ਘੱਟੋ-ਘੱਟ ਵੀ 10-12 ਜਣਿਆਂ ਦੀ ਫਰਦ ਨਿਕਲ ਜਾਂਦੀ ਹੈ ਤੁਸੀਂ ਉਹਦੇ ਵਿੱਚੋਂ ਆਪਣੇ ਹਿੱਸੇ ਕਿਵੇਂ ਪਤਾ ਕਰਨੇ ਨੇ ਕਿਉਂਕਿ ਇਹ ਸਭ ਫਰਦ ਦੀ ਜਿਹੜੀ ਸ਼ਬਦਾਵਲੀ ਹੈ ਉਹ ਅੱਜ ਵੀ ਉਰਦੂ ਫਾਰਸੀ ਦੇ ਜਿਹੜੇ ਸ਼ਬਦ ਨੇ ਉਹ ਐਜ਼ ਇਟ ਤੁਰੇ ਆ ਰਹੇ ਨੇ ਉਹਨਾਂ ਦੀ ਇੱਕ ਵੱਖਰੀ ਵੀਡੀਓ ਵੀ ਮੈਂ ਬਣਾਈ ਆ ਉਹ ਵੀ ਜਲਦੀ ਅਪਲੋਡ ਕਰੂੰਗਾ ਲੇਕਿਨ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿ ਮਮਕੀਨ ਗੈਰ ਮੁਮਕਿਨ ਆੜ ਰਹਿਣ ਮਰਜੂਆ ਇਦਾਂ ਦੇ ਜਿਹੜੇ ਸ਼ਬਦ ਨੇ ਇਹਨਾਂ ਦਾ ਕੀ ਮਤਲਬ ਹੈ ਤੇ ਆਪਾਂ ਘਰ ਬੈਠੇ ਫਰਦ ਦੇ ਵਿੱਚੋਂ ਕਿਦਾਂ ਹਿੱਸੇ ਕੱਢ ਸਕਦੇ ਆ ਉਹਦਾ ਫਾਰਮੂਲਾ ਤੁਹਾਨੂੰ ਮੈਂ ਦੱਸੂਗਾ ਇਸ ਫਰਦ ਨੂੰ ਕਿਵੇਂ ਪੜੀਦਾ ਕਿਉਂਕਿ ਖੇਤਾਂ ਦੇ ਪੁੱਤਿਆਂ ਕਿਸਾਨੀ ਪਰਿਵਾਰ ਚ ਜੰਮੇ ਆ ਤੁਹਾਨੂੰ ਖਾਦ ਬਾਰੇ ਪਤਾ ਹੈ ਸਾਨੂੰ ਰੇ ਬਾਰੇ ਪਤਾ ਹੈ ਦਵਾਈਆਂ ਬਾਰੇ ਪਤਾ ਹੈ ਟਰੈਕਟਰ ਟਰਾਲੀਆਂ ਬਾਰੇ ਪਤਾ ਹੈ ਲੇਕਿਨ ਆ ਜਿਹੜਾ ਪੇਪਰ ਕਾਰਵਾਈ ਹੈ ਨਾ ਅਗਰ ਇਹਦੇ ਬਾਰੇ ਨਹੀਂ ਪਤਾ ਤੇ ਸਾਡੀ ਜਾਣਕਾਰੀ ਅਧੂਰੀ ਰਹਿ ਜਾਂਦੀ ਹੈ ਤੇ ਆਓ ਜਾਣਦੇ ਹਾਂ ਕਿ ਫਰਦ ਦੇ ਵਿੱਚੋਂ ਹਿੱਸੇ ਕਿਵੇਂ ਕੱਢੀਦੇ ਨੇ ਲੋ ਜੀ ਇਹ ਆ ਜੀ ਇੱਕ ਫਰਦ ਤੇ ਫਰਦ ਇੱਕ ਪੇਜ ਦੀ ਨਹੀਂ ਕਈ ਪੇਜਾਂ ਦੀ ਹੋ ਸਕਦੀ ਹੈ ਜਿੰਨੀ ਵੱਡੀ ਤੁਹਾਡੀ ਸਾਂਝੀ ਖੇਵਟ ਹੈ ਉਸ ਹਿਸਾਬ ਨਾਲੇ ਫਰਦ ਨਿਕਲਦੀ ਹੈ ਸੋ ਇਹ ਇੱਕ ਪੇਜ ਦਾ ਤੁਹਾਨੂੰ ਮੈਂ ਹਿਸਾਬ ਕਿਤਾਬ ਦੱਸਣਾ ਇਹ ਜਿਹੜੇ ਨਾਮ ਨੇ ਆ ਥੋੜੇ ਜਿ ਮਿਟਾ ਦਿੱਤੇ ਨੇ ਕੱਲ ਨੂੰ ਕਿਤੇ ਕੋਈ ਐਵੇਂ ਕਹਦੇ ਭਾਈ ਤੂੰ ਸਾਡੀ ਫਰਦ ਜਨਤਕ ਕਰੀ ਜਾਣਾ ਵੈਸੇ ਤੇ ਇਹ ਇੰਟਰਨੈਟ ਤੇ ਉਪਲਬਧ ਹੈ ਕੋਈ ਵੀ ਬੰਦਾ ਡਾਊਨਲੋਡ ਕਰ ਸਕਦਾ ਤੁਹਾਡਾ ਨਾਮ ਲੈ ਕੇ ਤੇ ਇਹਦੇ ਚ ਕੀ ਹੈ ਕਿ ਇੱਕ ਇੱਕ ਪੇਜ ਦਾ ਹਿਸਾਬ ਹੁੰਦਾ ਸਾਰੇ ਪੇਜਾਂ ਦਾ ਹਿਸਾਬ ਕਿਤਾਬ ਲਾ ਕੇ ਤੁਸੀਂ ਆਪਣੀ ਜ਼ਮੀਨ ਹੈ ਜਿਹੜੀ ਉਹ ਪਤਾ ਕਰ ਸਕਦੇ ਹੋ ਲੇਕਿਨ ਉਦੋਂ ਪਹਿਲਾਂ ਇਹ ਜਾਣ ਲਓ ਕਿ ਜਿਹੜੀ ਫਰਦ ਹੁੰਦੀ ਹੈ ਇਹਦੇ ਨਾਲ 8 ਕਾਲਮ ਹੁੰਦੇ ਨੇ 1 2 3 ਇਦਾਂ ਕਰਕੇ 8 ਕਾਲਮ ਹੁੰਦੇ ਨੇ ਇਸ ਕਾਲਮ ਦੇ ਵਿੱਚ ਕੀ ਹੁੰਦਾ ਇਹ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਹੁੰਦਾ ਜੀ ਖੇਵਟ ਨੰਬਰ ਖੇਵਟ ਨੰਬਰ ਨੂੰ ਤੁਸੀਂ ਇੱਕ ਜਿਵੇਂ ਆਪਾਂ ਸੀਰੀਅਲ ਨੰਬਰ ਹੈ ਉਦੇ ਵਿੱਚ ਕੋਈ ਨੰਬਰ ਲੱਗਾ ਹੁੰਦਾ ਇੱਥੇ ਪੁਰਾਣਾ ਤੇ ਨਵਾਂ 5 ਸਾਲ ਬਾਅਦ ਠੀਕ ਹੈ ਤੇ ਉਸ ਤੋਂ ਬਾਅਦ ਖਤੌਨੀ ਨੰਬਰ ਹੋ ਗਿਆ ਇਹਦੇ ਨਾਲ ਵੀ ਤੁਸੀਂ ਆਪਣੀ ਜਿਹੜੀ ਫਰਦ ਹੈ ਉਹ ਡਾਊਨਲੋਡ ਕਰਵਾ ਸਕਦੇ ਹੋ ਲੇਕਿਨ ਇਹਦੇ ਨਾਲ ਕੁਝ ਹੋਰ ਜਾਣਕਾਰੀ ਵੀ ਦੇਣੀ ਪੈਂਦੀ ਹੈ ਤੀਜੇ ਨੰਬਰ ਤੇ ਮਾਲਕ ਦਾ ਨਾਮ ਤੇ ਵੇਰਵਾ ਆ ਜਾਂਦਾ ਇਹਦੇ ਵਿੱਚ ਤੁਸੀਂ ਆਪਣਾ ਨਾਮ ਦੇਖ ਕੇ ਤੇ ਆਪਣੇ ਹਿੱਸੇ ਕੱਢਣੇ ਹੁੰਦੇ ਨੇ ਚੌਥੇ ਨੰਬਰ ਤੇ ਆਉਂਦਾ ਜੀ ਇਹ ਕਾਸ਼ਤਕਾਰ ਦਾ ਨਾਮ ਜਿਹੜਾ ਮੌਜੂਦਾ ਕਾਸ਼ਤਕਾਰ ਹੈ ਫਿਰ ਪੰਜਵੇਂ ਕਾਲਮ ਦੇ ਵਿੱਚ ਹੁੰਦਾ ਕਿ ਸਿਚਾਈ ਦਾ ਸਾਧਨ ਕੀ ਹੈ ਜਿਆਦਾਤਰ ਤੁਹਾਨੂੰ ਅੱਜਕੱਲ ਟਿਊਬਵਲ ਲਿਖਿਆ ਹੀ ਮਿਲੇਗਾ ਕਿਉਂਕਿ ਖੂਹ ਤਾਂ ਰਹੇ ਨਹੀਂ ਹੈਗੇ ਹੁਣ ਫਿਰ ਨੰਬਰ 6 ਤੇ ਹੁੰਦਾ ਜੀ ਮਰੱਬਾ ਤੇ ਖਸਰਾ ਨੰਬਰ ਮਰੱਬੇ ਨੂੰ ਮੁਸਤੀਲ ਵੀ ਕਹਿ ਦਿੰਦੇ ਨੇ ਤੇ ਖਸਰਾ ਉਹਦਾ ਇੱਕ ਛੋਟਾ ਭਾਗ ਹੈ ਇਹ ਯਾਨੀ ਕਿ ਮਰੱਬੇ ਬੰਦੀ ਜਦੋਂ ਹੋਈ ਹੈ 25 ਕਿੱਲਾਂ ਦਾ ਇੱਕ ਟੱਕ ਬਣ ਗਿਆ ਉਸ ਨੂੰ ਮਰੱਬਾ ਕਹਿੰਦਾ ਤੁਸੀਂ ਲੱਠੇ ਦਾ ਜਿਹੜਾ ਕੱਪੜਾ ਹੁੰਦਾ ਉਹਦੇ ਤੇ ਜਿਹੜਾ ਛਪਿਆ ਹੁੰਦਾ ਨਕਸ਼ਾ ਉਹਦੇ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਸੋ ਜਿਆਦਾ ਗੱਲਾਂ ਨਾ ਕਰਦਾ ਹੋਇਆ ਅੱਗੇ ਆ ਗਿਆ ਆਪਣਾ ਸਤਵਾਂ ਨੰਬਰ ਕਾਲਮ ਰਕਬਾ ਤੇ ਭਾਉ ਦੀ ਕਿਸਮ ਕੀ ਹੈ ਅੱਜ ਮੇ ਲਿਖਿਆ ਹੈ ਨਾ ਚਾਹੀ ਚਾਹੀ ਦਾ ਮਤਲਬ ਹੁੰਦਾ ਜਿੱਥੇ ਖੇਤੀ ਹੁੰਦੀ ਹੋਵੇ ਜਿਹੜੀ ਜ਼ਮੀਨ ਤੇ ਠੀਕ ਹੈ ਵਾਹੀਯੋਗ ਜਿਹੜੀ ਜ਼ਮੀਨ ਹੁੰਦੀ ਹੈ ਉਸ ਨੂੰ ਚਾਹੀ ਕਹਿ ਦਿੰਦੇ ਆ ਇੱਕ ਹੁੰਦੀ ਹੈ ਗੈਰ ਮੁਮਕਿਨ ਗੈਰ ਮੁਮਕਿਨ ਦਾ ਮਤਲਬ ਹੁੰਦਾ ਜਿੱਥੇ ਖੇਤੀਬਾੜੀ ਨਹੀਂ ਹੁੰਦੀ ਉੱਥੇ ਜਿਵੇਂ ਸਕੂਲ ਦਾ ਆ ਗਿਆ ਆਬਾਦੀ ਵਾਲਾ ਖੇਤਰ ਹੈ ਹਸਪਤਾਲ ਸੜਕ ਟੋਬਾ ਇਦਾਂ ਕਰਕੇ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸੂਗਾ ਕੱਲੇ-ਕੱਲੇ ਅੱਖਰ ਦਾ ਮਤਲਬ ਕੀ ਹੈ ਅੱਜ ਦੀ ਇਸ ਵੀਡੀਓ ਚ ਆਪਾਂ ਜਸਟ ਹਿੱਸੇ ਕੱਢਨੇ ਆ ਹੁਣ ਇਹ ਮੇਰੇ ਕੋਲ ਪੇਜ ਆ ਗਿਆ ਸਾਰਾ ਹੁਣ ਕੀ ਮੈਂ ਕਰਨਾ ਸਭ ਤੋਂ ਪਹਿਲਾਂ ਤੇ ਪੰਜਵੇਂ ਨੰਬਰ ਕਾਲਮ ਦੇ ਜਾਂ ਸੱਤਵੇਂ ਨੰਬਰ ਕਾਲਮ ਦੇ ਐਂਡ ਦੇ ਵਿੱਚ ਇੱਥੇ ਲਿਖਿਆ ਹੁੰਦਾ ਵੇਖੋ T ਹਾਈਫਨ 4 ਯਾਨੀ ਕਿ ਇਹ ਕਨਾਲਾਂ ਤੇ ਮਰਲਿਆਂ ਦੇ ਵਿੱਚ ਹੁੰਦੀ ਹੈ ਚੀਜ਼ ਇਹ ਜਾਂ ਤਾਂ ਤੁਸੀਂ ਇਹ ਚੀਜ਼ ਨੂੰ ਲੈ ਲਓ T4 ਜਾਂ ਤੁਸੀਂ ਆ ਲੈ ਲਓ ਪੰਜਵੇਂ ਨੰਬਰ ਕਾਲਮ ਦੇ ਐਂਡ ਦੇ ਵਿੱਚ 30 ਕਨਾਲ 4 ਮਰਲੇ ਹੁਣ ਇਹਦੇ ਵਿੱਚ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਇਹ 30 ਕਨਾਲ 4 ਮਰਲੇ ਨੇ ਤਾਂ ਇਹਨਾਂ ਨੂੰ ਆਪਾਂ ਪਹਿਲਾਂ ਮਰਲਿਆਂ ਦੇ ਵਿੱਚ ਤਬਦੀਲ ਕਰਨਾ ਹੈ ਮਰਲਿਆਂ 'ਚ ਤਬਦੀਲ ਕਰਨ ਲਈ ਆਪਾਂ ਇੱਥੇ ਲਿਖ ਲੈਨੇ ਆ ਆਪਣੇ ਕੋਲ ਹੈਗੇ ਜੀ ਇੱਥੇ 30 ਕਨਾਲਾਂ 30 ਕਨਾਲਾਂ ਨੂੰ ਮਰਲਿਆਂ 'ਚ ਕਨਵਰਟ ਕਰਾਂਗੇ 20 ਨਾਲ ਗੁਣਾ ਕਰਕੇ ਇਹ ਆ ਗਿਆ ਜੀ ਆਪਣੇ ਕੋਲ 600 600 ਆ ਗਿਆ ਹੁਣ 4 ਮਰਲੇ ਆਪਣੇ ਕੋਲ ਆਲਰੇਡੀ ਹੈਗੇ ਨੇ ਇਸ ਇਹਦੇ ਵਿੱਚ ਪਲੱਸ ਕਰ ਦਾਂਗੇ 4 ਆਪਣੇ ਕੋਲ ਆ ਗਿਆ ਜੀ 604 ਇਹ 604 ਆਪਾਂ ਟੋਟਲ ਮਰਲੇ ਬਣਾ ਲਏ 30 ਕਨਾਲਾਂ ਤੇ 4 ਮਰਲੇ ਇਕੱਠੇ ਕਰਕੇ ਪਤਾ ਹੀ ਹੈ ਨਾ ਕਿ ਕਨਾਲ ਚ ਵੀ ਮਰਲੇ ਹੁੰਦੇ ਨੇ ਜਿਵੇਂ ਕਿ ਆਪਾਂ ਇਹ ਵਾਲਾ ਹਿੱਸਾ ਕੱਢਣਾ ਨਾਮ ਪਿਤਾ ਦਾ ਨਾਮ ਤੇ ਦਾਦਾ ਜੀ ਦਾ ਨਾਮ ਇਹ ਹਿੱਸਾ ਇੱਥੇ ਲਿਖਿਆ ਹੁੰਦਾ ਵਟਿਆਂ ਚ ਇਹ ਜਿਵੇਂ ਇੱਥੇ ਲਿਖਿਆ ਹੋਇਆ 115 836 ਇਹ 15 ਨਹੀਂ ਹੈ ਇੱਕ ਇਹ ਕਾ ਇੱਧਰ ਆ ਗਿਆ 115 836 ਤੁਹਾਡੇ ਵਾਲੀ ਫਰਦ ਵਿੱਚ ਕੁਝ ਵੀ ਹੋ ਸਕਦਾ ਹੈ ਅਬ ਬਾਕੀਆਂ ਦੇ ਹਿੱਸੇ ਵੇਖੋਗੇ 1058/9405 139/1881 ਇਹ ਸਾਰਿਆਂ ਦੇ ਇਦਾਂ ਸੇਮ ਜਾਨਕਿ ਕਿਸੇ ਵੀ ਤਰੀਕੇ ਚ ਵਟਾ ਕਰਕੇ ਲਿਖੇ ਹੋਣਗੇ ਹੁਣ ਤੁਸੀਂ ਕੀ ਕਰਨਾ ਆਪਣੇ ਕੋਲ ਆ ਗਿਆ 115/836 ਤਾਂ ਜਿਹੜਾ ਇਹ 604 ਹੈ ਇਸ ਨੂੰ ਆਪਾਂ ਗੁਣਾ ਕਰ ਦੇਣੀ ਹੈ 100 115 ਦੇ ਨਾਲ 115 ਦੇ ਨਾਲ ਗੁਣਾ ਕਰਕੇ ਆਪਣੇ ਕੋਲ ਆ ਗਿਆ 69460 69460 ਹੁਣ ਇਹਦੇ ਨਾਲ ਜਿਹੜਾ ਦੂਜਾ ਆਪਣਾ ਹਿੱਸਾ 836 836 ਤੇ ਆਪਾਂ ਇਹ ਜਿਹੜੀ ਰਕਮ ਹੈ ਇਸ ਨੂੰ ਆਪਾਂ ਭਾਗ ਕਰ ਦਾਂਗੇ 836 ਤੇ ਡਿਵਾਈਡ ਕਰਕੇ ਜਿਹੜੀ ਆਪਣੇ ਕੋਲ ਰਕਮ ਆਏਗੀ ਉਹ ਆਉਂਦੀ ਏ 83.086 ਇਦਾਂ ਕਰਕੇ ਹੁਣ ਇਹਨੇ ਮਰਲੇ ਆ ਗਏ ਆਪਣੇ ਹੁਣ ਮਰਲਿਆਂ ਨੂੰ ਆਪਾਂ ਕਨਾਲਾਂ ਚ ਕਨਵਰਟ ਕਰਨਾ ਤਾਂ ਇਹਨੂੰ ਆਪਾਂ ਫਿਰ ਤੋਂ ਡਿਵਾਈਡ ਕਰ ਦਾਂਗੇ 20 ਦੇ ਨਾਲ ਜਦੋਂ ਇਹਨੂੰ 20 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆ ਜਾਣਗੇ 4.15 ਤਾਂ ਹੁਣ ਇਹ ਕੀ ਹੈ ਇਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ 4 ਕਨਾਲਾਂ 15 ਮਰਲੇ ਜਿਹੜਾ ਇਹ ਪੁਆਇੰਟ ਤੋਂ ਇਧਰਲੇ ਵਾਲੀ ਦੋ ਰਕਮਾਂ ਨੇ ਦੋ ਅੱਖਰ ਨੇ ਇਸ ਨੂੰ ਡਬਲ ਕਰ ਲਓ 15 ਦਾ ਆਪਾਂ 30 ਕਰ ਦਿੱਤਾ 15 ਦਾ 30 ਕਰਤਾ ਠੀਕ ਹੈ ਤਾਂ ਇਹ ਆ ਜਾਏਗਾ ਆਪਣੇ ਕੋਲ 4.3 ਮਤਲਬ ਕਿ 4 ਕਨਾਲਾਂ 3 ਮਰਲੇ ਠੀਕ ਹੈ ਜੀ ਤਾਂ ਇਹ ਹਿੱਸਾ ਇਸ ਪੇਜ ਦਾ ਆ ਗਿਆ 4 ਕਨਾਲਾ 3 ਮਰਲੇ ਇਸੇ ਤਰ੍ਹਾਂ ਇਸ ਪੇਜ ਦਾ ਹਿੱਸਾ ਹੋ ਗਿਆ ਫਿਰ ਆਪਾਂ ਦੂਜੇ ਪੇਜ ਤੇ ਜਾਵਾਂਗੇ ਤੀਜੇ ਤੇ ਚੌਥੇ ਤੇ ਜਿੰਨੀਆਂ ਵੀ ਆਪਣੀਆਂ ਜਿਹੜੇ-ਜਿਹੜੇ ਪੇਜ ਤੇ ਵੀ ਆਪਣਾ ਨਾਮ ਬੋਲ ਰਿਹਾ ਉਹਦੇ ਅਕੋਰਡਿੰਗ ਇਸ ਹਿੱਸੇ ਨੂੰ ਲੈ ਕੇ ਤੇ ਆਪਾਂ ਇਹਦੇ ਆਪਾਂ ਮਰਲੇ ਬਣਾ ਕੇ ਫਿਰ ਕਨਾਲਾਂ ਚ ਕਨਵਰਟ ਕਰਕੇ ਜਦੋਂ ਆਪਣੇ ਕੋਲ ਕਨਾਲਾਂ ਆ ਗਈਆਂ ਫਿਰ ਆਪਾਂ ਉਹ ਕਨਾਲਾਂ ਨੂੰ ਅੱਠ ਤੇ ਡਿਵਾਈਡ ਕਰ ਦਾਂਗੇ ਤੇ ਉਹ ਆਪਣੇ ਕੋਲ ਕਿੱਲੇ ਆ ਜਾਣਗੇ ਇਸ ਤਰੀਕੇ ਨਾਲ ਤੁਸੀਂ ਆਪਣਾ ਕੱਲੇ ਕੱਲੇ ਪੇਜ ਤੋਂ ਜਿਹੜਾ ਹਸਾਬ ਕਿਤਾਬ ਹੈ ਉਹ ਕਰ ਸਕਦੇ ਹੋ ਤੇ ਜਿਹੜਾ 8ਵਾਂ ਹੁੰਦਾ ਨਾ ਨੰਬਰ ਇਹ ਖਾਨੇ ਦੇ ਵਿੱਚ 8ਵਾਂ ਇੱਥੇ ਵਿਸ਼ੇਸ਼ ਕਥਨ ਹੁੰਦਾ ਜੇ ਕਿਸ ਨੇ ਕਿਸੇ ਨੂੰ ਜ਼ਮੀਨ ਵੇਚੀ ਹੈ ਉਹ ਕਿਹੜੇ ਰੱਪਟ ਨੰਬਰ ਕੀ ਹੈ ਆੜ ਰਹਿਣ ਦਾ ਮਤਲਬ ਹੁੰਦਾ ਜਿਹੜੀ ਬੈਂਕ ਦੇ ਕੋਲ ਤੁਹਾਡੀ ਜ਼ਮੀਨ ਹੁੰਦੀ ਹੈ ਗਿਰਵੀ ਕਿਸੇ ਵੀ ਪਰਸਨ ਦੀ ਇਧਰ ਆ ਸਕਦੀ ਹੈ ਆੜ ਰਹਿਣ ਗਿਰਵੀ ਕਹਿ ਲਓ ਅੱਜਕੱਲ ਲਿਮਟਾਂ ਬਣੀਆਂ ਹੋਈਆਂ ਨੇ ਤਾਂ ਉਉਦੇ ਤਰੀਕੇ ਨਾਲ ਵੀ ਇਹ ਕਿਹੜਾ ਨੰਬਰ ਹੈ ਕਿਹੜੇ ਕਿਲੇ ਦਾ ਨੰਬਰ ਹੈ ਜਿਹੜਾ ਕਿਹੜੀ ਤਰੀਕ ਨੂੰ ਤੁਸੀਂ ਬੈਂਕ ਨੂੰ ਗ੍ਰਿਵੀ ਦਿੱਤਾ ਸੀ ਜਾਂ ਕਿਸੇ ਨੂੰ ਗਹਿਣੇ ਦਿੱਤੀ ਹੈ ਬੈ ਕੀਤੀ ਹੈ ਵੇਚੀ ਹੈ ਖਰੀਦੀ ਹੈ ਉਹ ਸਾਰੀ ਵਿਸ਼ੇਸ਼ ਕਥਨ ਦੇ ਵਿੱਚ ਇੱਥੇ ਲਿਖੀ ਜਾਂਦੀ ਹੈ ਇਹ ਇੱਕ ਬੇਸਿਕ ਜੀ ਜਾਣਕਾਰੀ ਤੁਹਾਨੂੰ ਮੈਂ ਦਿੱਤੀ ਹੈ ਫਰਦ ਪੜਨ ਦੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਏਗੀ ਇਹ ਤੁਸੀਂ ਪ੍ਰੈਕਟੀਕਲ ਘਰ ਕਰਕੇ ਵੇਖਿਆ ਜੇ ਫਿਰ ਵੇਖੋ ਕਿ ਜਿੰਨੀ ਤੁਹਾਡੇ ਨਾਂ ਤੇ ਜ਼ਮੀਨ ਬੋਲਦੀ ਹੈ ਵਾਕਈ ਉਨੀ ਤੁਸੀਂ ਕੱਢ ਪਾਉਂਦੇ ਹੋ ਕਿ ਨਹੀਂ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਨਾ ਇਹ ਦੱਸੂਗਾ ਕਿ ਜਿਹੜੀ ਬਾਕੀ ਦੀ ਸ਼ਬਦਾਵਲੀ ਹੁੰਦੀ ਹੈ ਉਹਦਾ ਕੀ ਮਤਲਬ ਹੁੰਦਾ ਫਰਦ ਦੇ ਵਿੱਚ ਤਾਂਕਿ ਅਸੀਂ ਆਪਣੀ ਨੌਲੇਜ ਵਿੱਚ ਵਾਧਾ ਕਰ ਸਕੀਏ ਉਮੀਦ ਕਰਦਾ ਜਾਣਕਾਰੀ ਪਸੰਦ ਆਈ ਹੋਏਗੀ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ